ਹੈਲੋ ਦੋਸਤੋ ਵੈਲਕਮ ਟੂ आवर YouTube ਚੈਨਲ keep on 05 ਤੇ ਉਮੀਦ ਕਰਦਾ ਤੁਸੀਂ ਸਭ ਠੀਕ ਹੋਗੇ EDT कॅडर 994 ਪੋਸਟਨ ਰਿਲੇਟਡ ਜੋ ਆਪਾਂ ਬੈਸ਼ ਸ਼ੁਰੂ ਕੀਤਾ ਹੈ ਉਸਦੇ ਮੈਥ ਸੈਕਸ਼ਨ ਦਾ ਅੱਜ ਤੀਸਰਾ ਚੈਪਟਰ ਸ਼ੁਰੂ ਕਰਨ ਲੱਗੇ ਆ ਜਿਸ ਦਾ ਨਾਮ ਹੈ ट्रायंगल ਮਤਲਬ ਤਿਕੋਣ ਠੀਕ ਹੈ ਆਪਾਂ ਇਸ ਬਾਰੇ ਸਾਰੇ ਬੇਸਿਕ ਕਨਸੈਪਟ ਕਲੀਅਰ ਕਰਾਂਗੇ ਜੋ ਵੀ ਟ੍ਰਾਇੰਗਲ ਨਾਲ ਰਿਲੇਟਡ ਸਾਰੇ ਬੇਸਿਕ ਕਨਸੈਪਟ ਹੈ ਔਰ ਇਹਦੇ ਚਾਪਾ ਟਾਈਪਸ ਆਫ ਟ੍ਰਾਇੰਗਲ ਵੀ ਅੱਜ ਇਹਦੇ ਨਾਲ ਹੀ ਸਾਰੇ ਕੰਪਲੀਟ ਕਰ ਲਾਂਗੇ ਸੋ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਅੱਜ ਦਾ ਜੋ ਟ੍ਰਾਇੰਗਲ ਬਾਰੇ ਆਪਾਂ ਪੜ੍ਹਦੇ ਆਂ ਦੇਖੋ ਧਿਆਨ ਨਾਲ ਟ੍ਰਾਇੰਗਲ ਟ੍ਰਾਇੰਗਲ ਕਿਸ ਨੂੰ ਕਹਿੰਦੇ ਆਂ ਠੀਕ ਹੈ ਦੇਖੋ ਇੱਕ ਆ ट्रायंगल ਬਣੀ ਹੈ ਇਹ ਆਪਣੇ ਕੋਲ ਠੀਕ ਹੈ ਜੋ ट्रायंगल ਬਣੀ ਹੋਈ ਹੈ ਉਸ ਬਾਰੇ ਆਪ ਅੱਜ ਆਪ ਵਿਸਤਾਰ ਨਾਲ ਪੜਾਂਗੇ ਕਿ ट्रायंगल ਦੇ ਜੋ ਕਨਸੈਪਟ ਹੈ ਠੀਕ ਹੈ ਹੁਣ ਦੇਖੋ ਕਹਿੰਦਾ ਇਹ ਫਿਗਰ ਬਾਉਂਡਡਡ ਬਾਈ 3 ਸਟੇਟ ਲਾਈਨਸ ਇਜ਼ ਕਾਲਡ ਅ ट्रायंगल ਠੀਕ ਹੈ ਇੱਕ ਫਿਗਰ ਹੈ ਠੀਕ ਹੈ ਜੋ ਤਿੰਨ ਲਾਈਨਾਂ ਬਾਉਂਡਡਡ ਮਨ ਲੈ ক্লোਜ਼ਡ ਲਾਈਨਾਂ ਜੋ ਚਾਰੇ ਤਿੰਨ ਪਾਸੋਂ ਤੋਂ ਬੰਦ ਹੈ ਇੱਕ ਬੰਦ ਫਿਗਰ ਹੈ ਠੀਕ ਹੈ ਤਿੰਨ ਬੰਦ ਲਾਈਨਾਂ ਦੁਆਰਾ ਬਣੀ ਹੋਈ ਜੋ ਫਿਗਰ ਹੈ ਉਸ ਨੂੰ ਆਪਾਂ ਕੀ ਕਹਿੰਦੇ ਹਨ ਟਰੈਂਗਲ ਕਹਿੰਦੇ ਹਨ ਠੀਕ ਹੈ ਉਹ ਦੇਖੋ ਜਿਵੇਂ ਆ ਇੱਕ ਪੁਆਇੰਟ ਉੱਪਰਲਾ A ਹੈ ਠੀਕ ਹੈ A ਪੁਆਇੰਟ B ਹੈ ਤੇ ਇਹ ਵਾਲਾ ਪੁਆਇੰਟ C ਹੈ ਠੀਕ ਹੈ ਇਹਦੇ ਤਿੰਨ ਪੁਆਇੰਟ ਹੈ ਠੀਕ ਹੈ ਹੁਣ ਦੇਖੋ ਇਸ ਟਰੈਂਗਲ ਦੇ ਵਿੱਚ ਇਸ ਦੇ ਤਿੰਨ ਹੀ ਸਾਈਡ ਹੈ ਅੱਗੇ ਕੀ ਕਹਿ ਰਿਹਾ ਦੇਖੋ ਕਿੰਦਾ ਇਨ ਦਾ 기ਵਨ ਫਿਗਰ ਵੀ ਹੈਵ ਟ੍ਰਾਇੰਗਲ ABC ਹੈਵਿੰਗ 3 ਵਰਟੈਕਸ ਠੀਕ ਹੈ ਕੀ ਕਿੰਦਾ ਇੰਦੇ ਤਿੰਨ ਕੀ ਹੈ ਵਰਟੈਕਸ ਹੈਗੇ ਹੈ ਕਿਹੜੇ ਵਰਟੈਕਸ ਹੈ ਇੱਕ ਵਰਟ A B ਤੇ C ਠੀਕ ਹੈ ਤਿੰਨ ਵਰਟੈਕਸ ਹੈ ਵਰਟੈਕਸ A B ਤੇ C ਆ ਜੋ ਉੱਪਰ ਵਾਲੇ ਜੋ ਕੋਰਨਰ ਜਿਹਨੂੰ ਸਿਖਰ ਕਹਿੰਦੇ ਪੰਜਾਬੀ ਚ ਕੀ ਕਹਿੰਦੇ ਵਰਟੈਕਸ ਨੂੰ ਸਿਖਰ ਕਹਿੰਦੇ ਹੈ ਠੀਕ ਹੈ ਪੰਜਾਬੀ ਦੇ ਕਿੰਨੇ ਸਿਖਰ ਠੀਕ ਹੈ ਇੱਕ ਤਿਕੋਣ ਹੈ ਤਿਕੋਣ ਦੇ ਕਿੰਨੇ ਤਿੰਨ ਵਰਟੈਕਸ ਹੁੰਦੇ ਆ ਮਤਲਬ ਤਿੰਨ ਸਿਖਰ ਹੁੰਦੇ ਆ ਠੀਕ ਹੈ ਤਿਕੋਣ ਦੇ ਤਿੰਨ ਹੀ ਐਂਗਲ ਹੁੰਦੇ ਆ ਠੀਕ ਹੈ ਇੱਕ ਟ੍ਰਾਇੰਗਲ ਦੇ ਕਿੰਨੇ ਐਂਗਲ ਹੁੰਦੇ ਆ ਤਿੰਨ ਜਿਵੇਂ ਆ ਐਂਗਲ A ਐਂਗਲ B ਐਂਗਲ C ਠੀਕ ਹੈ ਐਂਗਲ A ਐਂਗਲ B ਤੇ ਐਂਗਲ C ਠੀਕ ਹੈ ਤਿੰਨ ਹੀ ਕੀ ਹੁੰਦੇ ਨੇ ਐਂਗਲ ਹੁੰਦੇ ਆ ਠੀਕ ਹੈ ਤੇ ਇਹਦੇ ਤਿੰਨ ਹੀ ਸਾਈਡਸ ਹੁੰਦੀਆਂ ਦੇਖੋ ਸਾਈਡ AB BC ਤੇ CA ਠੀਕ ਹੈ AB bc ਤੇ ca ٹھیک ہے تین ہی کی ہندیاں سائیڈز ہندیاں ٹھیک ہے تین ہی ان دے اینگل ہندے ہیں تے تین ہی ان دے کہندے ورٹیکس ٹھیک ہے اندے جی ایک لائن ਤੁਸੀਂ ਹੋਰ ایڈ کر لو لکھو سم اف sum of all angle of triangle is 180 degree theek hai kitna hunda hai 180 degree sum of all angle of a triangle is 180 degree ki angle de tinna kona da jod kinne degree hunda hai 180 degree hunda hai theek hai assi triangle bare jo basic theek hai inna tano samajh lag gaya hoga theek hai kende main tar ki ek triangle ho hundi hai jo ki tin pasiyan to tin line na nal man lo tin line na di bani hoye te tin line na ek dusre nal ki mil ke ek triangle banaundi hai theek hai kende triangle figure hegi abc ਜਿੰਦੇ ਚ ਕੀ ਤਿੰਨ ਹੀ ਵਟਕਸ ਹੁੰਦੇ ਆ ਮਤਲਬ ਤਿੰਨ ਹੀ ਦੇ ਸਿਖਰ ਹੁੰਦੇ ਆ ਤਿੰਨ ਹੀ ਇਹਦੇ ਐਂਗਲ ਹੁੰਦੇ ਆ ਠੀਕ ਹੈ ਤਿੰਨ ਹੀ ਇੰਦੀਆਂ ਸਾਈਡ ਹੁੰਦੀਆਂ ਤੇ ਸਾਰੇ ਐਂਗਲਸ ਦਾ ਜੋੜ ਕਿੰਨਾ ਹੈ ਸਮ ਆਫ ਆਲ ਐਂਗਲ ਆਫ ਅ ਟ੍ਰਾਇੰਗਲ ਇਜ਼ 180 ਡਿਗਰੀ ਠੀਕ ਹੈ ਚਲੋ ਜੀ ਅੱਗੇ ਅੱਗੇ ਦੇਖੋ ਅੱਗੇ ਦੀ ਪਹਿਲੀ ਟਾਈਪ ਹੈਗੀ ਹੈ ਇਕਵੇਲੇਟਰ ਟ੍ਰਾਇੰਗਲ ਠੀਕ ਹੈ ਜਿਹਨੂੰ ਆਪਾਂ ਪੰਜਾਬੀ ਚ ਕਹਿ ਦਿੰਨੇ ਆ ਸਮ ਬਾਹੂ ਜਾਂ ਸਮ ਪੁਜੀ ਟ੍ਰਾਇੰਗਲ ਠੀਕ ਹੈ ਜਿਹਨੂੰ ਆਪਾਂ ਪੰਜਾਬੀ ਚ ਕੀ ਕਹਿੰਦੇ ਆ ਸਮਪੁਜੀ ਠੀਕ ਹੈ ਸਮਪੁਜੀ ਟ੍ਰਾਇੰਗਲ ਹੁਣ ਆਪਾਂ ਇਹ ਸਮਪੁਜੀ ਟ੍ਰਾਇੰਗਲ ਬਾਰੇ ਪੜ੍ਹਦੇ ਆ ਇਕਵિલેਟਰ ਟ੍ਰਾਇੰਗਲ ਕੀ ਕਹਿੰਦਾ ਇਹ ਟ੍ਰਾਇੰਗਲ ਇਨ ਵਿੱਚ ਆਲ 3 ਸਾਈਡਸ ਹੈਵ ਦਾ ਸੇਮ ਲੈਂਥ ਹੈਜ਼ ਦਾ ਸੇਮ ਲੈਂਥ ਕੀ ਮੰਨ ਲਓ ਤਿੰਨ ਸਾਈਡ ਅਗੇ ਟ੍ਰਾਇੰਗਲ ਦੀਆਂ ਜਿੱਦਾ ਦੀ ਇਹ ਟ੍ਰਾਇੰਗਲ ਇਨ ਵਿੱਚ ਹੈ ਆਲ 3 ਸਾਈਡ ਦਾ ਸੇਮ ਲੈਂਥ ਮੰਨ ਲਓ ਇਹਦੀ ਜੋ ਤਿੰਨ ਸਾਈਡਸ ਹੈਗੀਆਂ ਠੀਕ ਹੈ ਜਿਵੇਂ ਆ ਦੇਖੋ ਠੀਕ ਹੈ a b ਤੇ c ਤਿੰਨ ਵਰਟੈਕਸ ਹੋ ਗਏ ਇਹਦੇ ਤਿੰਨ ਸਾਈਡ ਹੈਗੇ ਆ ਦੇਖੋ ਜੇ ab ਸਾਈਡ ਹੋਗੀ bc ਹੋਗੀ ਸਾਈਡ ਹੋਗੀ bc ਹੋਗੀ ab bc ਤੇ ca ਠੀਕ ਹੈ ਇਹ ਤਿੰਨ ਸਾਈਡ ਕੀ ਹੁੰਦੀ ਹੈ ਇਕੁਅਲ ਹੁੰਦੀ ਹੈ ਠੀਕ ਹੈ ਤਿੰਨੇ ਸਾਈਡ ਕੀ ਹੁੰਦੀਆਂ ਇਕੁਅਲ ਹੁੰਦੀਆਂ ਠੀਕ ਹੈ ਆ ਦੇਖੋ ਮੈਂ ਅਤੇ ਤਿੰਨੇ ਸਾਈਡ ਕੀ ਹੋਣਗੀਆਂ ਇਕੁਅਲ ਹੋਣਗੀਆਂ ਇਕੁਇਲੇਟਰ ਟ੍ਰਾਇੰਗਲ ਦੀਆਂ ਤਿੰਨੋਂ ਸਾਈਡ ਹੀ ਹੁੰਦੀਆਂ ਇਕੁਅਲ ਹੁੰਦੀਆਂ ਠੀਕ ਹੈ ਅੱਗੇ ਕੀ ਆ ਰਿਹਾ ਇਟ ਦਾ ਸਾਈਡ ਆਫ ਐਨ ਇਕੁਇਲੇਟਰ ਟ੍ਰਾਇੰਗਲ ਆਰ ਕੰਗੂਰੈਂਟ ਇਹ ਟ੍ਰਾਇੰਗਲ ਦੇ ਜਿਹੜੀ ਸਾਈਡਸ ਹੁੰਦੀਆਂ ਇਹ ਕੰਗੂਰੈਂਟ ਵੀ ਹੁੰਦੀਆਂ ਕੰਗੂਰੈਂਟ ਦਾ ਮਤਲਬ ਕੀ ਹੁੰਦਾ ਸੇਮ ਹੁੰਦੀ ਹੈ ਕਿ ਇੱਕ ਦੂਜੇ ਦੇ ਉੱਪਰ ਜੇਕਰ ਇੱਕ ਸਾਈਡ ਦੇ ਉੱਪਰ ਦੂਸਰੀ ਸਾਈਡ ਰੱਖਦੇ ਤਾਂ ਉਹ ਉਹਨੂੰ ਕਵਰ ਕਰ ਲਏਗੀ ਠੀਕ ਹੈ ਜਿਵੇਂ ਇੱਕ ਆ ਸਾਈਡ ਹੈ ਇਹਦੇ ਉੱਪਰ ਜੇਕਰ ਆਪਾਂ ਦੂਸਰੀ ਸਾਈਡ ਰੱਖਦੇ ਆ ਪਰ ਪਤਾ ਨਹੀਂ ਲੱਗ ਰਿਹਾ ਨਾ ਕੰਗੂਰੈਂਟ ਦਾ ਮ ਲੋ ਕੋਲ ਹੈਗੀ ਸੇਮ ਹੁੰਦੀ ਹੈ ਠੀਕ ਹੈ ਇਕੁਅਲ ਹੁੰਦੀ ਹੈ ਅੱਗੇ ਦੇਖੋ ਕਹਿੰਦਾ ਆਲ 3 ਇੰਟਰਨਲ ਐਂਗਲ ਆਰ ਆਲਸੋ ਕੰਗੂਰੈਂਟ ਟੂ ਈਚ ਅਦਰ ਐਂਡ ਆਰ ਈਚ 60 ਡਿਗਰੀ ਹੁਣ ਕੀ ਕਹਿੰਦਾ ਅੱਗੇ ਕਹਿੰਦਾ ਕਿ ਇਹਦੇ ਜਿਹੜੇ ਤਿੰਨੋਂ ਐਂਗਲ ਹੁੰਦੇ ਆ ਠੀਕ ਹੈ ਕੰਗੂਰੈਂਟ ਦਾ ਮਤਲਬ ਕੀ ਹੁੰਦਾ ਹੈ ਕਿ ਸੇਮ ਹੁੰਦੇ ਆ ਠੀਕ ਹੈ ਐਂਗਲ ਟੂ ਈਚ ਅਦਰ ਐਂਡ ਆਰ ਈਚ 60 ਡਿਗਰੀ ਮੰਨ ਲਓ ਹਰ ਐਂਗਲ ਕਿੰਨੇ ਡਿਗਰੀ ਦਾ ਹੁੰਦਾ ਹੈ 60 ਡਿਗਰੀ ਦਾ ਹੁੰਦਾ ਹੈ ਇੱਕ ਚੀਜ਼ ਤੁਸੀਂ ਧਿਆਨ ਵਿੱਚ ਰੱਖਣਾ ਅਗਰ ਜੇਕਰ ਇਹਦੇ ਤਿੰਨੋਂ ਸਾਈਡਸ ਇਕੁਅਲ ਹੁੰਦੀਆਂ ਨਾ ਤਾਂ ਇਹਨਾਂ ਸਾਈਡਾਂ ਦੇ ਓਪੋਜ਼ਿਟ ਐਂਗਲ ਵੀ ਇਕੁਅਲ ਹੁੰਦੇ ਇਟ ਮੀਨਸ ਕਿ ਆਹ ਲ ਐਂਗਲ ਇਜ਼ 60 ਡਿਗਰੀ ਸਾਰੇ ਐਂਗਲ ਕਿੰਨੇ ਕਿੰਨੇ ਡਿਗਰੀ ਦੇ ਹੋਣਗੇ 60 60 ਡਿਗਰੀ ਦੇ ਹੋਣਗੇ ਠੀਕ ਹੈ ਲੱਗੇ ਸਮਝ ਅੱਗੇ ਚੱਲਦੇ ਆਪਾਂ ਅੱਗੇ ਕੀ ਕਹਿ ਰਿਹਾ ਹੈ ਹੁਣ ਆਪ ਨੂੰ ਇਹ ਜੇ ਪੁੱਛ ਲੈਣ ਕਿ ਜਿਹੜੀ ਇਕੁਇਲੇਟਰ ਟ੍ਰਾਇੰਗਲ ਹੈ ਕਿਸ ਟਾਈਪ ਦੇ ਟ੍ਰਾਇੰਗਲ ਹੈ ਠੀਕ ਹੈ ਇਕੂਲੇਟਰ ट्रायंगल ਕਿਸ ਟਾਈਪ ਦੀ ट्रायंगल ਆ ਆਪਾਂ ਕੀ ਕਹਾਂਗੇ ਇਹ ट्रायंगल ਹੈ ਆਪਣੇ ਕੋਲ ਰੈਗੂਲਰ ਪੋਲੀਗਨ ਹੈ ਠੀਕ ਹੈ ਇਹ ਰੈਗੂਲਰ ਪੋਲੀਗਨ ਹੈ ਕਿੰਦਾ ਮਤਲਬ ਕਿ ਇਹ ਇੱਕ ਰੈਗੂਲਰ ਪੋਲੀਗਨ ਜਿਸ ਦੀ ਇੱਕ ਐਗਜੈਕਟ ਮਤਲਬ ਸ਼ੇਪ ਹੈ ਐਗਜੈਕਟਿੰਦੀ ਲੈਂਥ ਹੈਗੀ ਹੈ ਮਤਲਬ ਐਗਜੈਕਟਿੰਦੇ ਇੱਕ ਐਂਗਲ ਹੈਗੇ ਇੱਕ ਰੈਗੂਲਰ ਪੋਲੀਗਨ ਜਿਹਨੂੰ ਆਪਾਂ ਡਰਾ ਕਰ ਸਕਦੇ ਹਾਂ ਬਣਾ ਸਕਦੇ ਹਾਂ ਠੀਕ ਹੈ ਰੈਗੂਲਰ ਪੋਲੀਗਨ ਹੈ ਤੇ ਇੱਕ ਕੁਐਸਚਨ ਆਉਂਦਾ ਹੈ ਕਿ ਇਹ ਅੱਗੇ ਕਿ ਲਾਈਨ ਆਫ ਸਿਮੈਟ੍ਰਿਕ ਇਸ ਜਿਹੜੇ ਇਕੂਲੇਟਰ ਟ੍ਰਾਇੰਗਲ ਦੀਆਂ ਕਿੰਨੀਆਂ ਸਮਮਿਤੀ ਰਖਾਂ ਲਾਈਨਸ ਹੁੰਦੀਆਂ ਹਨ ਮਤਲਬ ਸਿਮੈਟ੍ਰਿਕ ਲਾਈਨ ਕਿੰਨੀਆਂ ਹੁੰਦੀਆਂ ਆਪਾਂ ਲਿਖੀ ਕਿ ਲਿਖਾਂਗੇ ਕਿ ਜਿਹੜੀਆਂ ਇਕੂਲੇਟਰ ਟ੍ਰਾਇੰਗਲ ਆ ਉਹਨੀਆਂ ਤਿੰਨ ਸਿਮੈਟ੍ਰਿਕ ਲਾਈਨ ਹੁੰਦੀਆਂ ਠੀਕ ਹੈ ਆ ਦੇਖੋ ਇੱਕ ਤਾਂ ਆਪਾਂ ਜੇਕਰ ਇਨ ਮਿਡਲ ਚ ਬਣਾ ਦਾਂਗੇ ਤਾਂ ਵੀ ਇਕੁਅਲ ਪਾਰਟਸ ਤੇ ਡਿਵਾਈਡ ਕਰੇਗਾ ਠੀਕ ਹੈ ਜੇਕਰ ਆਪਾਂ ਇੱਥੋਂ ਇੱਕ ਲਾਈਨ ਖਿੱਚਦੇ ਤਾਂ ਵੀ ਇਕੁਅਲ ਪਾਰਟ ਦੇ ਵਿੱਚ ਡਿਵਾਈਡ ਕਰੇਗਾ ਲੇਕਿਨ ਇੱਥੋਂ ਇੱਕ ਲਾਈਨ ਖਿੱਚ ਦਾਂਗੇ ਫਿਰ ਵੀ ਇਕੁਅਲ ਪਾਰਟ ਦੇ ਜਿੰਨੀਆਂ ਦੇ ਦੇਖੋ ਇਹਦੀਆਂ ਤਿੰਨ ਲਾਈਨਾਂ ਤਿੰਨੋਂ ਸਾਈਡਸ ਜਿਹੜੇ ਇਕੁਅਲ ਹਨਾ ਤਾਂ ਇਹਨਾਂ ਹੋਣ ਗਿਆ ਠੀਕ ਹੈ ਲੱਗੀ ਸਮਝ ਇੰਨੀ ਅਗਰ ਜੇਕਰ ਆਪਾਂ ਇਹਦੇ ਉਹਨਾਂ ਫਾਰਮੂਲੇ ਦੀ ਗੱਲ ਕਰੀਏ ਠੀਕ ਹੈ ਤੇ ਇਹਦਾ ਏਰੀਆ ਕੀ ਹੁੰਦਾ ਹੈ ਏਰੀਆ ਆਫ ਇਕੁਇਲੈਟਰ ਟ੍ਰੈਂਗਲ ਜੀ ਕੀ ਹੁੰਦਾ ਹੈ ਏਰੀਆ ਇਕੁਅਲ ਟੂ √3 4a ਠੀਕ ਹੈ ਕੀ ਹੁੰਦਾ √3 4a ਦੀ ਸਕੁਅਰ ਇਨ ਦਾ ਏਰੀਆ ਹੁੰਦਾ ਦੇ ਪੈਰੀਮੀਟਰ ਕੀ ਹੁੰਦਾ 3a ਮੰਨ ਲਓ ਤਿੰਨੋਂ ਸਾਈਡਾਂ ਦਾ ਸਮ ਮੰਨ ਲਓ a a a ਇਹਨੂੰ ਜੇਕਰ ਤਿੰਨਾਂ ਜੋੜਾਂਗੇ ਤੇ 3a ਬਣ ਜਾਏਗਾ ਨਾ ਆ ਵੀ ਸਾਈਡ a ਹੈ ਆ ਵੀ ਸਾਈਡ a ਹੈ ਆ ਵੀ ਸਾਈਡ a ਹੈ ਜੇਕਰ ਤਿੰਨਾਂ ਜੋੜਾਂਗੇ 3a ਬਣ ਜਾਏਗਾ ਠੀਕ ਹੈ ਇਹ ਕੀ ਹੋ ਜਾਏਗਾ ਇਹਦਾ ਏਰੀਆ ਹੋ ਜਾਏਗਾ ਤੇ ਆ ਪੈਰੀਮੀਟਰ ਹੋ ਜਾਏਗਾ ਠੀਕ ਹੈ ਅਗਰ ਅੱਗੇ ਦੇਖੋ उम्मीद इन्ना समझ आ गया होगा ठीक है अगे चलते अगे की अग्गे देखो। है अगर देखो आइसोसैल्स ट्रेंगल आइसोसैल्स ट्रैगल में पंजाबी कहें सम दो पूजी, ठीक है की कहें पूजी, ठीक है सम दो पुजी, पुजी तिक ਕੀ ਕਹਿੰਦੇ ਐਨ ਆਈਸੋਸੈਲਸ ਟ੍ਰਾਇੰਗਲ ਇਜ਼ ਐਨ ਟ੍ਰਾਇੰਗਲ ਥੈਟ ਹੈਜ਼ ਟੂ ਸਾਈਡਸ ਆਫ ਇਕੁਅਲ ਲੈਂਥ ਕੀ ਆਈਸੋਸੈਲਸ ਟ੍ਰਾਇੰਗਲ ਉਹ ਟ੍ਰਾਇੰਗਲ ਹੁੰਦੀ ਹੈ ਜਿੰਦੀਆਂ ਦੋ ਆਪੋਜ਼ਿਟ ਸਾਈਡ ਜਾਂ ਦੋ ਕੋਈ ਵੀ ਦੋ ਸਾਈਡ ਕਿੰਦੀਆਂ ਇਕੁਅਲ ਮੰਨ ਲਓ ਉਹਨਾਂ ਦੀ ਸੇਮ ਲੈਂਥ ਹੁੰਦੀ ਹੈ ਠੀਕ ਹੈ ਜਿਵੇਂ ਇੱਥੇ ਆਪਾਂ ਦੇਖੀਏ ਇੱਥੇ ਆਪਣੇ ਕੋਲ ਆ ਦੇਖੋ ਆ ਲਾਈਨ ਏ ਬੀ ਇਕੁਅਲ ਹੈ ਏ ਸੀ ਠੀਕ ਹੈ ਇਹ ਦੋਨੇ ਸਾਈਡ ਕੀ ਹੈਗੀ ਐ ਇਕੁਅਲ ਜੇਕਰ ਕਿਸੇ ਵੀ ਟ੍ਰਾਇੰਗਲ ਦੇ ਦੋ ਸਾਈਡ ਇਕੁਅਲ ਹੋਣ ਤਾਂ ਉਹ ਕਿਹੜੀ ਹੈ ਟ੍ਰਾਇੰਗਲ ਹੁੰਦੀ ਹੈ ਆਈਸੋਸੈਲਸ ਟ੍ਰਾਇੰਗਲ ਹੁੰਦੀ ਹੈ ਠੀਕ ਹੈ ਆਪਨੇ ਕੋਲੇ ਨੇ ਦੋ ਸਾਈਡ ਕੀ ਹੈ ਇਕੁਅਲ ਹੈਗੇ ਤੇ ਇਟ ਮੀਨਸ ਇਹ ਕੀ ਹੋ ਗਈ ਆਈਸੋਸੈਲਸ ਟ੍ਰਾਇੰਗਲ ਹੋ ਗਈ ਓਕੇ ਲੱਗੀ ਸਮਝ ਹੁਣ ਅੱਗੇ ਚੱਲਦੇ ਆਪਾਂ ਅੱਗੇ ਦੇਖੋ ਕੀ ਲਿਖਿਆ ਹੈ ਕਨਨ ਦਾ ਟੂ ਐਂਗਲਸ ਆਪੋਜ਼ਿਟ ਥੀਸ ਟੂ ਮਾਰਕ ਸਾਈਡ ਆਰ ਆਲਸੋ ਦਾ ਸੇਮ ਕਨਨ ਜੇਕਰ ਉਹਦੇ ਟੂ ਐਂਗਲਸ टू एंगल्स ऑपोजिट दो ਜਿਹੜੀਆਂ ਦੋ ਸਾਈਡਸ ਇਕੁਅਲ ਹੁੰਦੀਆਂ ਉਹਨਾਂ ਦੇ ਜਿਹੜੇ ਦੋ ਆਪੋਜ਼ਿਟ ਐਂਗਲਸ ਹੁੰਦੇ ਹਨ ਉਹ ਵੀ ਕਹਿੰਦੇ ਸੇਮ ਹੁੰਦੇ ਦੇਖੋ ਜਿਹੜਾ ए बी ए बी ਹੈ ਠੀਕ ਹੈ ਆਪਣੇ ਕੋਲ ए बी ਹੈ ए बी ਇੱਕ ਸਾਈਡ ਹੈ ਇਹਦੇ ਆਪੋਜ਼ਿਟ ਐਂਗਲ ਬੰਨ ਰਿਹਾ ਨਾ ਸੀ ਠੀਕ ਹੈ ਤੇ ਇੱਕ ਆਪਣੇ ਕੋਲ ए सी ਸਾਈਡ ਹੈ ਇਹਦੇ ਆਪੋਜ਼ਿਟ ਐਂਗਲ ਬੰਨ ਰਿਹਾ ਨਾ ਬੀ ਹੁਣ ਦੇਖੋ ਜਦੋਂ ਆਪਣੇ ਕੋਲ ਆ ਦੇਖੋ ए बी ਬਰਾਬਰ ए सी ਹੈ ਇਟ ਮੀਨਸ ਕਿ ਐਂਗਲ B ਬਰਾਬਰ ਐਂਗਲ C ਵੀ ਹੋਏਗਾ ਠੀਕ ਹੈ ਇਸ ਤੋਪੇ ਕਹਿ ਸਕਦੇ ਆ ਕਿ ਜੇਕਰ ਉਹਨੀਆਂ ਦੋ ਜੇਕਰ ਉਹਨੀਆਂ ਦੋ ਸਾਈਡਸ ਇਕੁਅਲ ਹੈ ਤੇ ਉਹਨਾਂ ਦੇ ਦੋਨੋਂ ਓਪੋਜ਼ਿਟ ਐਂਗਲ ਵੀ ਕੀ ਹੋਣਗੇ ਇਕੁਅਲ ਹੋਣਗੇ ਜੋ ਤੁਹਾਨੂੰ ਫਿਕਰ ਦੇ ਵਿੱਚ ਦਿਖ ਰਿਹਾ ਹੈ ਠੀਕ ਹੈ ਦੋਨੋਂ ਐਂਗਲ ਕਿੰਨੇ-ਕਿੰਨੇ ਡਿਗਰੀ 72 72 ਡਿਗਰੀ ਦੇਣਾ ਤੇ ਇੱਕ ਐਂਗਲ ਜਿਹੜਾ ਤੀਸਰਾ 36 6 ਡਿਗਰੀ ਦਾ ਤੇ ਆ ਦੋਨੋਂ ਐਂਗਲ ਕੀ ਹੈ ਸੇਮ ਹੈਗੇ ਐਂਗਲ ਆ A ਤੇ ਐਂਗਲ B ਔਰ ਐਂਗਲ C ਇਕੁਅਲ ਐਂਗਲ ਓਕੇ ਅੱਗੇ ਦੇਖੋ ਅੱਗੇ ਕੀ ਲਿਖਿਆ ਹੈ ਹੁਣ ਜਿਵੇਂ ਇਕੁਇਲੇਟਰ ਟ੍ਰਾਇੰਗਲ ਸੀ ਉਹਦੇ ਕਿੰਨੇ ਸਿਮੈਟਰੀ ਲਾਈਨ ਸੀ 3 ਨਾ ਉਵੇਂ ਜਿਹੜੀ ਆਈਸੋਸੈਲਸ ਟ੍ਰਾਇੰਗਲ ਸਮ ਦੋ ਪੁਜੀ ਹੈ ਤੇ ਉਹਦੇ ਕਿੰਨੀ ਸਿਮੈਟਰੀ ਲਾਈਨ ਆ 1 ਹੋਏਗੀ ਕਿਉਂਕਿ ਦੇਖੋ ਆ ਦੋਨੋਂ ਸਾਈਡ ਇਕੁਅਲ ਹੈ ਨਾ ਜੇਕਰ ਇਹਦੇ ਦੇ ਵਿੱਚੋਂ ਆਪ ਇੱਕ ਲਾਈਨ ਮਾਰਾਂਗੇ ਤੇ ਇਹਨੂੰ ਦੋ ਇਕੁਅਲ ਪਾਰਟ ਦੇ ਵਿੱਚ ਡਿਵਾਈਡ ਕਰੇਗੀ ਆ ਜਿਹੜਾ ਲਾਈਨ ਇਹਨੂੰ ਆ ਦੋ ਇਕੁਅਲ ਪਾਰਟ ਦੇ ਵਿੱਚ ਡਿਵਾਈਡ ਕਰ ਦੇਗੀ ਠੀਕ ਹੈ ਤੇ ਇਸੇ ਕਰਕੇ ਇਹਦੀ ਇੱਕ ਸਿਮੈਟਰੀ ਲਾਈਨ ਬਣੇਗੀ ਠੀਕ ਹੈ ਆਇਸੋਸੈਂਸ ਦੇ ਕਿੰਨੀਜ਼ ਮੈਟਰੀ ਲਾਈਨ ਵਨ ਇਹ ਡਾਇਰੈਕਟ ਕੁਐਸਚਨ ਪੁੱਛ ਲਈ ਜਾਂਦੀ ਹੈ ਠੀਕ ਹੈ ਅੱਗੇ ਚਲਦੇ ਹਾਂ ਅੱਗੇ ਦੇਖੋ ਹੁਣ ਏਰੀਆ ਏਰੀਆ ਆਫ ਆਇਸੋਸੈਂਸ ਟ੍ਰੈਂਗਲ ਠੀਕ ਹੈ 1/2 ਬੇਸ ਹਾਈਟ ਠੀਕ ਹੈ ਤੇ ਪੈਰੀਮੀਟਰ ਹੁੰਦਾ 2a ਠੀਕ ਹੈ ਪੈਰੀਮੀਟਰ ਹੁਣ ਦੇਖੋ ਆ ਦੋ ਸਾਈਡ ਇਕੁਅਲ ਸੀ ਨਾ ਆ ਏ ਸਾਈਡ ਆ ਵੀ ਏ ਸਾਈਡ a a ਕੀ ਹੋ ਜਾਏਗਾ 2a ਹੋ ਜਾਏਗਾ ਤੇ ਇੱਕ ਆ ਸਾਈਡ ਕੀ ਬਚ ਗਈ b इट मीनज टू ए प्लस बी हो जाएगा इनका अपने को आइसोसेल सो का ट्रेंगल दा। हो जाएगा ठीक है एक और फार्मूला लिखो आइसोसेल सो का एक फार्मूला लिखो ਅਗਰ ਆਪ ਨੂੰ ਕਹਿ ਦੇਣ ਹਾਈਟ ਕੱਢਣੀ ਹੈ ਠੀਕ ਹੈ ਹਾਈਟ ਕੱਢਣ ਦਾ ਫਾਰਮੂਲਾ h √ a² b² 4 ਠੀਕ ਹੈ ਕਾ ਫਾਰਮੂਲਾ ਹੈ ਆਪਣੇ ਕੋਲ ਹਾਈਟ ਕੱਢਣ ਦਾ ਇਹਦੇ ਵਿੱਚ ਆਈਸੋਸੈਲਸ ਦੇ ਵਿੱਚ ਠੀਕ ਹੈ ਵੈਸੇ ਇਹਦਾ ਫਾਰਮੂਲਾ ਦੇਖੋ 1 ਬਟਾ 2 بیس ਇੰਟੂ ਹਾਈਟ ਹਨਾ ਐਚ ਦੀ ਆ ਦੇਖੋ ਐਚ ਦੀ ਥਾਂ ਤੇ ਆਪਾਂ ਆ ਲਿਖ ਸਕਦੇ ਹਾਂ ਠੀਕ ਹੈ ਇਹਨਾਂ ਫਾਰਮੂਲਾ ਨੂੰ ਐ ਵੀ ਲਿਖ ਸਕਦੇ ਹਾਂ 1/2 b ਇੰਟੂ a² b² 4 ਠੀਕ ਹੈ ਦੇਖੋ ਆ ਐਚ ਦੀ ਥਾਂ ਤੇ ਆਪਾਂ ਕੀ ਲਿਖਤਾ ਆ ਜੋ ਐਚ ਹਾਈਟ ਕੋ ਆ ਐਚ ਦੀ ਥਾਂ ਤੇ ਆਪਾਂ ਕੀ ਲਿਖਤਾ ਆ ਜੋ ਐਚ ਹਾਈਟ ਸੀ ਇੰਦੀ ਥਾਂ ਤੇ ਆਪਾਂ ਆ ਜੀ ਲਿਖਤੀ ਠੀਕ ਹੈ ਫਾਰਮੂਲਾ ਓਕੇ ਲਾਗੀ ਸਮਝ ਆ ਤੁਸੀਂ ਇੱਕ ਐਚ ਵਾਲਾ ਵੀ ਨੋਟ ਕਰ ਲੈਣਾ ਜਿਹੜਾ ਜੋ ਆਰਾਊਂਡ ਕੀਤਾ ਮੈਂ ਠੀਕ ਹੈ ਐਚ ਇੱਥੇ ਦੀ ਕਦੀ ਕਈ ਵਾਰ ਆਪ ਨੂੰ ਐਚ ਕੱਢ ਐਚ ਨਹੀਂ ਦਿੱਤੀ ਜਾਂਦੀ ਤੇ ਐਚ ਕੱਢ ਨਹੀਂ ਹੁੰਦੀ ਐਸ ਕਰਕੇ ਆਪਾਂ ਆ ਫਾਰਮੂਲਾ Ar B ਦੋ ਸਾਈਡਾਂ ਦਿੱਤੀਆਂ ਹੁੰਦੀਆਂ ਉਸ ਤੋਂ ਆਪਾਂ ਐਚ ਕੱਢਣ ਦੇ ਐਚ ਕੱਢਣ ਦਾ ਫਾਰਮੂਲਾ ਆਪਾਂ ਤੁਹਾਨੂੰ ਲਿਖ ਦਿੱਤਾ ਠੀਕ ਹੈ ਲਾਗੀ ਸਮਝ ਅੱਗੇ ਚੱਲਦੇ ਆਪਾਂ ਅੱਗੇ ਦੇਖੋ ਅੱਗੇ ਆ ਗਿਆ ਸਕੈਲਨ ਟ੍ਰਾਇੰਗਲ ਜਿੰਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਵਿਖਮ ਪੁਜੀ ਕੀ ਕਹਿੰਦੇ ਆ ਵਿਖਮ ਪੁਜੀ ਬਿਕਮ ਪੁਜੀ ਠੀਕ ਹੈ ਆਪਾਂ ਪੜਦੇ ਕਿ ਲਿਖਿਆ ਹੈ ਕਿ ਇਸ ਕਿਲਨ ਟ੍ਰਾਇੰਗਲ ਇਜ਼ ਅ ਟ੍ਰਾਇੰਗਲ ਇਨ ਵਿੱਚ 올3 ਸਾਈਡਸ ਹੈਵਿੰਗ ਡਿਫਰਿੰਗ ਡਿਫਰੈਂਟ ਲੈਂਥ ਕੈਨ ਮਤਲਬ ਕਿ ਇੱਕ ਟ੍ਰਾਇੰਗਲ ਹੈ ਟ੍ਰਾਇੰਗਲ ਦੇ ਜਿਹੜੇ ਤਿੰਨੋਂ ਸਾਈਡ ਹੈ ਜੇਕਰ ਉਹਨਾਂ ਦੀ ਲੈਂਥ ਠੀਕ ਹੈ ਅਲੱਗ-ਅਲੱਗ ਦਿੱਤੀ ਹੋਵੇ ਡਿਫਰੈਂਟ ਹੋਵੇ ਤਾਂ ਉਹ ਟ੍ਰਾਇੰਗਲ ਕਿਹੜੀ ਹੁੰਦੀ ਹੈ ਸਕਿਲਨ ਟ੍ਰਾਇੰਗਲ ਹੁੰਦੀ ਹੈ ਠੀਕ ਹੈ ਆਇਕੋ ਆਇ ਇਹ ਪੁਆਇੰਟ ਹੈ ਬੀ ਪੁਆਇੰਟ ਸੀ ਪੁਆਇੰਟ ਉਹਨਿੰਦੇ ਜੇ ए बी सी और सी ए तीनों की है नॉट इक्वल है ठीक है एक दूसरे के बराबर नहीं है तो इट मीनस की ट्रैंगल की है कि स्केगल थ्री एंगल्स आर डिफरेंट इन द तीनों एंगल मतलब एंगल ए भी लग होएगा एंगल ए ठीक है ਆ ਦੇਖੋ ਜੀ ਇਹਦੇ ਜੋ ਤਿੰਨ ਐਂਗਲ ਲੱਗੇ ਆ ਐਂਗਲ A ਐਂਗਲ B ਤੇ ਐਂਗਲ C ਠੀਕ ਹੈ ਇਹ ਤਿੰਨੋਂ ਐਂਗਲ ਵੀ ਕੀ ਹੁੰਦੇ ਆ ਡਿਫਰੈਂਟ ਹੁੰਦੇ ਆ ਐਂਗਲ A B ਠੀਕ ਹੈ ਤੇ C ਤਿੰਨੋਂ ਐਂਗਲ ਵੀ ਕੀ ਹੁੰਦੇ ਆ ਡਿਫਰੈਂਟ ਹੁੰਦੇ ਆ ਠੀਕ ਹੈ ਅੱਗੇ ਦੇਖੋ ਅੱਗੇ ਕਿੰਦਾ ਇਟ ਹੈਜ਼ ਨੋ ਨੋ ਲਾਈਨ ਆਫ ਸਿਮੈਟਰੀ ਨਾ ਇੰਦੀ ਕੋਈ ਵੀ ਲਾਈਨ ਸਿਮੈਟਰੀ ਨਹੀਂ ਹੁੰਦੀ ਮਤਲਬ ਕੋਈ ਵੀ ਲਾਈਨ ਸੰਸਥਿਤੀ ਨਹੀਂ ਹੁੰਦੀ ਠੀਕ ਹੈ ਜੇਕਰ ਇੱਥੇ ਇੱਕ ਲਾਈਨ ਖਿੱਚਾਂਗੇ ਤੇ ਆਇਨ ਨੂੰ ਇਕੁਅਲ ਦੋ ਪਾਰਟ ਦੇ ਵਿੱਚ ਡਿਵਾਈਡ ਨਹੀਂ ਕਰੇਗਾ ਜੇਕਰ ਇੱਥੋਂ ਵੀ ਕੋਈ ਲਾਈਨ ਲੈ ਕੇ ਆਵਾਂਗੇ ਇਹ ਵੀ ਇਕੁਅਲ ਪਾਰਟ ਦੇ ਵਿੱਚ ਨਹੀਂ ਡਿਵਾਈਡ ਕਰੇਗਾ ਜੇਕਰ ਇੱਥੋਂ ਵੀ ਕੱਢਾਂਗੇ ਤੇ ਕੋਈ ਵੀ ਨਾ ਚੋ ਇਕੁਅਲ ਪਾਰਟ ਦੇ ਵਿੱਚ ਡਿਵਾਈਡ ਨਹੀਂ ਕਰੇਗਾ ਠੀਕ ਹੈ ਇਸ ਕਰਕੇ ਇੰਦੀ ਕੋਈ ਵੀ ਲਾਈਨ ਸਿਮੈਟਰੀ ਨਹੀਂ ਹੁੰਦੀ ਨਾ ਇੰਦਾ ਇਟ ਹੈਜ਼ ਨੋ ਪੁਆਇੰਟ ਸਿਮੈਟਰੀ ਨਾ ਇੰਦਾ ਕੋਈ ਪੁਆਇੰਟ ਸਿਮੈਟਰੀ ਹੁੰਦਾ ਠੀਕ ਹੈ ਪੁਆਇੰਟ ਵੀ ਕੋਈ ਬਰਾਬਰ ਨਹੀਂ ਹੁੰਦਾ ਠੀਕ ਹੈ ਇੰਦੇ ਜਗੇ ਏਰੀਆ ਦੀ ਗੱਲ ਕਰੀਏ ਤਾਂ ਏਰੀਆ ਹੁੰਦਾ 1/2 ਇਨਟੂ ਬੇਸ ਇਨਟੂ ਹਾਈਟ ਸਕੁਅਰ ਯੂਨਿਟ ਠੀਕ ਹੈ ਇਨ ਦਾ ਏਰੀਆ ਹੁੰਦਾ ਬਟ ਜਿਹੜਾ ਸਕੁਅਰ ਯੂਨਿਟ ਠੀਕ ਹੈ ਇਨ ਦਾ ਏਰੀਆ ਹੁੰਦਾ ਬਟ ਜਿਹੜੀ ਸਕੈਲਨ ਟ੍ਰਾਇੰਗਲ ਹੈ ਨਾ ਉਹਦੇ ਤੇ ਇੱਕ ਹੀ ਫਾਰਮੂਲਾ ਯੂਜ਼ ਹੁੰਦਾ ਠੀਕ ਹੈ ਕਿਹੜਾ ਹੀਰੋਸ ਉੱਤਰ ਫਾਰਮੂਲਾ ਠੀਕ ਹੈ ਹੀਰੋਸ ਉੱਤਰ ਫਾਰਮੂਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਗਾ ਛੋਟੀਆਂ ਕਲਾਸਾਂ 'ਚ ਪੜਿਆ ਹੈ ਏਰੀਆ ਆਪਾਂ ਹੁਣ ਤੁਹਾਨੂੰ ਲਿਖਾ ਦਿੰਨੇ ਆ ਠੀਕ ਹੈ ਹੀਰੋਸ ਉੱਤਰ ਫਾਰਮੂਲਾ ਕੀ ਹੁੰਦਾ ਹੈ ਦੇਖੋ ਏਰੀਆ √ ਦੇ ਅੰਦਰ s ਠੀਕ ਹੈ s a s b ਠੀਕ ਹੈ s c ਠੀਕ ਹੈ ਇਨ ਦਾ ਹੀਰੋਸ ਉੱਤਰ ਫਾਰਮੂਲਾ ਏਰੀਆ ਆਫ ਸਕੈਲਨ ਟ੍ਰਾਇੰਗਲ ਠੀਕ ਹੈ on the area of scalen triangle ਕੱਢਣਾ ਤਾਂ ਆਪਾਂ ਹੀਰੋ ਸਿਤਰ ਫਾਰਮੂਲਾ ਯੂਜ਼ ਕਰਦੇ ਆਂ ਜਿੱਥੇ ਆਪਾਂ S ਕੱਢਣ ਦਾ ਫਾਰਮੂਲਾ ਆਪਣੇ ਕੋਲ ਕੀ ਹੁੰਦਾ S a plus b plus c 2 ਠੀਕ ਹੈ S ਕੱਢਣ ਦਾ ਫਾਰਮੂਲਾ ਹੁੰਦਾ S ਹੁੰਦੀ ਹੈ ਸਾਈਡ ਹੁੰਦੀਆਂ ਜਿਵੇਂ ਆਪ ਨੂੰ ਹਲਾ ਆ a ਦਿੱਤਾ ਆ b ਐ ਠੀਕ ਹੈ ਤੇ ਆ c ਹलो a ਦੀ ਵੈਲਿਊ 14 b ਦੀ ਵੈਲਿਊ 9 ਤੇ c ਦੀ ਵੈਲਿਊ 13 ਠੀਕ ਹੈ ਇਹ ਤਿੰਨਾਂ ਨੂੰ ਜੋੜ ਕੇ /2 ਕਰਨਾ ਆਪਣੇ ਕੋਲ ਕੀ ਆ ਜਾਏਗਾ s ਆ ਜਾਏਗਾ ਠੀਕ ਹੈ ਆਪਾਂ ਜਦੋਂ ਵੀ ਆਪ ਨੂੰ ਕਹਿ ਦੇਣਾ ਏਰੀਆ ਆਫ ਟ੍ਰਾਇੰਗਲ ਫਾਈਂਡ ਕਰੋ ਤੇ ਉਹ ਟ੍ਰਾਇੰਗਲ ਕਿਹੜੀ ਹੋਵੇ ਸਕੈਲਨ ਟ੍ਰਾਇੰਗਲ ਹੋਵੇ ਤਾਂ ਆਪਾਂ ਹੀਰੋ ਦਾ ਸੂਤਰ ਫਾਰਮੂਲਾ ਲਗਾਣਾ ਹੈ ਇਸ ਦੇ ਅਕੋਰਡਿੰਗ ਆਪਾਂ ਸਮ ਕਰਨੇ ਆ ਠੀਕ ਹੈ ਲੱਗੀ ਸਮਝ ਸਕੈਲਨ ਟ੍ਰਾਇੰਗਲ ਬਾਰੇ ਅੱਗੇ ਚਲੀਏ ਅੱਗੇ ਦੇਖੋ ਅਗੇ ਰਾਈਟ ਐਂਗਲ ਟ੍ਰਾਇੰਗਲ ਠੀਕ ਹੈ ਰਾਈਟ ਟ੍ਰਾਇੰਗਲ ਇਹ ਕੀ ਕਹਿ ਰਿਹਾ ਹੈ ਕਿਨ ਇਹ ट्रायंगल ਇਹ ਰਾਈਟ ट्रायंगल ਔਰ ਰਾਈਟ ਐਂਗਲ ट्रायंगल ਔਰ ਇਜ਼ ਅ ट्रायंगल ਇਨ ਵਿਚ ਜਿਹੜਾ 1 ਐਂਗਲ ਇਜ਼ ਅ ਰਾਈਟ ਐਂਗਲ ਮੰਨ ਲਓ ਜੇਕਰ ਇੱਕ ਐਂਗਲ ਇਹਦੇ ਵਿੱਚੋਂ 90 ਡਿਗਰੀ ਦਾ ਬੰਦਾ ਹੈ ਤੇ ਉਹ ਐਂਗਲ ਕਿਹੜਾ ਹੁੰਦਾ ਆਪਣੇ ਕੋਲ ਰਾਈਟ ਐਂਗਲ ट्रायंगल ਹੁੰਦੀ ਠੀਕ ਹੈ ਜਿਵੇਂ ਐਂਗਲ ਸੀ ਤੇ ਆ ਕੀ ਹੈ ਇਹ 90 ਡਿਗਰੀ ਦਾ ਐਂਗਲ ਹੈ ਠੀਕ ਹੈ ਤੇ ਇਹ ਐਂਗਲ ਆਪਣੇ ਕੋਲ ਕੀ ਹੈਗੀ ਹੈ ਜਿਹੜੀ ट्रायंगल ਹੈ ਇਹ ਰਾਈਟ ਐਂਗਲ ट्रायंगल ਹੁੰਦੀ ਹੈ ਠੀਕ ਹੈ ओके ਹਾਂ ਦੇਖੋ ਅਗਲਾ ਪੁਆਇੰਟ ਕੀ ਗੱਲ ਹੈ ਦਾ ਸਾਈਡ ਆਪੋਜੀਟ ਟੂ ਦਾ ਰਾਈਟ ਐਂਗਲ ਇਜ਼ ਕਾਲਡ ਹਾਈਪੋਟੈਨਿਅਸ ਜਿਸ ਵੀ ਪੁਆਇੰਟ ਤੇ ਠੀਕ ਹੈ ਜਿਸ ਵੀ ਸਾਈਡ ਤੇ ਆਪੋਜੀਟ ਸਾਈਡ ਦੇ ਟੂ ਦਾ ਰਾਈਟ ਐਂਗਲ ਬਣਿਆ ਹੋਏਗਾ ਉਹ ਸਾਈਡ ਕੀ ਹੋਏਗੀ ਹਾਈਪੋਟੈਨਿਅਸ ਹੋਏਗੀ ਮੰਨ ਲਓ ਸੀ ਤੇ ਸੀ ਐਂਗਲ ਦੇ ਆਪਣੇ ਕੋਲ 90 ਡਿਗਰੀ ਹੈ ਤੇ ਇੰਦੇ ਇਕੁਅਲ ਜਿਹੜੀ ਸਾਈਡ ਹੈਗੀ ਹੈ ਠੀਕ ਹੈ ਠੀਕ ਹੈ ਇੰਦੇ ਇਕੁਅਲ ਜਿਹੜੀ ਸਾਈਡ ਹੈ ਏ ਤੇ ਬੀ ਠੀਕ ਹੈ ਆ ਸਾਈਡ ਹੈ ਕਿ ਨਾ ਏ ਬੀ ਸਾਈਡ ਹੈ ਏ ਬੀ ਸਾਈਡ ਕੀ ਹੋएगी ਹਾਈਪੋਟੈਨਿਅਸ ਬਣੇ ਜਿਵੇਂ ਆ ਦੇਖੋ ਹੁਣ ਆਪਣੇ ਕੋਲ ਇੱਥੇ ਐਂਗਲ ਬੀ ਤੇ ਹੈ ਬੀ ਤੇ ਆਪਣੇ ਕੋਲ ਜੇਕਰ 90 ਡਿਗਰੀ ਦਾ ਕੋਣ ਬਣ ਰਿਹਾ 90 ਡਿਗਰੀ ਬਣ ਗਿਆ ਜੇ ਤਾਂ ਜਿਹੜੀ ਏ ਸੀ ਹੋਏਗੀ ਆ ਜਿਹੜੀ ਏ ਸੀ ਹੈ ਇਹ ਆਪਣੇ ਕੋਲ ਕੀ ਹੋਏਗਾ ਐਚ ਮਤਲਬ ਹਾਈਪੋਟੈਨਿਅਸ ਹੋਏਗਾ ਠੀਕ ਹੈ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ कि ਜਿਸ ਵੀ ਐਂਗਲ ਤੇ ਆਜੇ ਮੰਨ ਲਓ ਇੱਥੇ ਆਪਣੇ ਕੋਲ S ਪੁਆਇੰਟ ਤੇ 90 ਡਿਗਰੀ ਬਣ ਰਿਹਾ ਜਾਂ S ਤੇ 90 ਡਿਗਰੀ ਬਣ ਗਿਆ ਇਨ ਦੀ Oppoosite ਵਾਲਾ ਆਪਣੇ ਕੋਲ ਹਾਈਪੋਟੈਨਿਊਸ ਹੈ ਜੇ A ਤੇ ਬਣ ਰਿਹਾ ਤਾਂ ABC ਆਪਣੇ ਕੋਲ ਹਾਈਪੋਟੈਨਿਊਸ ਹੈ ਜੇ B ਤੇ 90 ਡਿਗਰੀ ਬਣ ਗਿਆ ਤੇ AC ਆਪਣੇ ਕੋਲ ਹਾਈਪੋਟੈਨਿਊਸ ਹੋਏਗਾ ਠੀਕ ਹੈ ਇਸੀ ਦਾ ਧਿਆਨ ਜਿਸ ਵੀ ਪੁਆਇੰਟ ਤੇ ਆਪਣੇ ਕੋਲ 90 ਡਿਗਰੀ ਐਂਗਲ ਬਣ ਰਿਹਾ ਉਸ ਦੇ Oppoosite ਸਾਈਡ ਹਮੇਸ਼ਾ ਹਾਈਪੋਟੈਨਿਊਸ ਹੁੰਦਾ ਹੈ ਠੀਕ ਹੈ ਅੱਗੇ ਲਿੰਦਾ ਆਪਾਂ ਫਾਰਮੂਲਾ राइट एंगल ट्रैंगल दा फॉर्मूला की अपने को एच दा स्केयर मतलब हाइपोटेनियस दा स्केयर बेस दा स्केयर प्लस परपेंडिकुलर मतलब पी दा स्केयर ठीक है ये अपने को की है पाइथागोरस फार्मुला अकॉर्डिंग है ठीक है ये फार्मूला लगता है की डेफिनेशन की मतलब हाइट का स्केयर इजिकल टू बेस का स्केयर प्लस परपेंडिक्यूलर स्केयर पाइथागोस थ्योरम के अकॉर्डिंग ठीक है इतने अपने फार्मूला यूज ओके है ओके राइट एंगल ट्रेंगल फार्मूला लगता होंगे ओके चलिए अग्गे अगे देखो किूट ट्रेंगल अक्यूट ट्रेंगल की कहते न्यूनी तिकोन ठीक है कि कहें न्यून ती कोण ठीक है न्यून कोण ਹੁਣ ਦੇਖੋ ਕੀ ਕਹਿ ਰਿਹਾ ਕਹਿੰਦਾ ਐਂਡ ਅਕਿਊਟ ਟ੍ਰਾਇੰਗਲ ਔਰ ਅਕਿਊਟ ਐਂਗਲ ਟ੍ਰਾਇੰਗਲ ਇਜ਼ ਅ ਟ੍ਰਾਇੰਗਲ ਵਿਦ 3 ਅਕਿਊਟ ਐਂਗਲ ਮਤਲਬ ਲੈਸ ਦਨ 90 ਡਿਗਰੀ ਜੋ ਐਂਗਲ ਆਪਣੇ ਕੋਲ 90 ਡਿਗਰੀ ਤੋਂ ਲੈਸ ਹੋਣਗੇ ਉਹ ਕਿਹੜੀ ਟ੍ਰਾਇੰਗਲ ਬਣਾਉਣਗੇ ਅਕਿਊਟ ਟ੍ਰਾਇੰਗਲ ਬਣਾਉਣਗੇ ਠੀਕ ਹੈ ਜਿਸਦੇ ਸਾਰੇ ਐਂਗਲ 90 ਡਿਗਰੀ ਤੋਂ ਲੈਸ ਹੋਣ ਜਾਂ ਕਹਦੇ ਨੇ 0 ਤੋਂ ਗ੍ਰੇਟਰ ਦੈਨ ਦੇ 90 ਡਿਗਰੀ ਤੋਂ ਲੈਸ ਦੈਨ ਵਾਲੇ ਸਾਰੇ ਆਪਣੇ ਕੋਲ ਐਂਗਲ ਜਿਹੜੇ ਹੋਣਗੇ ਉਹ ਕਿਹੜੀ ਟ੍ਰਾਇੰਗਲ ਬਣਾਉਣਗੇ ਆਪਣੇ ਕੋਲ ਅਕੂਟ ਟ੍ਰਾਇੰਗਲ ਨਿਊਨ ਕੋਣੀ ਟ੍ਰਾਇੰਗਲ ਬਣਾਉਣਗੇ ਠੀਕ ਹੈ ਕਿਹੜੀ ਟ੍ਰਾਇੰਗਲ ਬਣਾਉਣਗੇ ਨਿਊਨ ਕੋਣੀ ਟ੍ਰਾਇੰਗਲ ਬਣਾਉਣਗੇ ਲੱਗੀ ਸਮਝ ਇਹਨਾਂ ਦੀ ਕੋਈ ਖਾਸ ਨਹੀਂ ਹੈ ਇਹਨੇ ਤਾਂ ਦੱਸਣਾ ਸੀ ਅਕੂਟ ਟ੍ਰਾਇੰਗਲ ਬਾਰੇ ਠੀਕ ਹੈ ਇੰਦੇ ਵਿੱਚ ਜਿੰਨੇ ਵੀ ਸਾਰੇ ਐਂਗਲ ਬਣਗੇ ਨਾ bc a ਜਿੰਨੇ ਵੀ ਐਂਗਲ ਬਣਗੇ ਆ ਦੇਖੋ ਇਹ ਸਾਰੇ ਕਿੰਨੇ ਡਿਗਰੀ ਤੋਂ ਲੈਸ ਹੋਣਗੇ 90 ਡਿਗਰੀ ਤੋਂ ਲੈਸ ਹੋਣਗੇ ਸਾਰੇ 90 ਡਿਗਰੀ ਤੋਂ ਲੈਸ ਹੋਣਗੇ ਓਕੇ ਅੱਗੇ ਦੇਖੋ ਅੱਗੇ ਅਬਟਿਊਸ ਐਂਗਲ ਟ੍ਰਾਇੰਗਲ ਆ ਦੇਖੋ ਅਬਿਊਸ ਐਂਗਲ ਟ੍ਰਾਇੰਗਲ ਇਹ ਟ੍ਰਾਇੰਗਲ ਠੀਕ ਹੈ ਹੂਜ਼ 1 ਆਫ ਦਾ ਇੰਟੀਰੀਅਰ ਐਂਗਲ ਇਜ਼ ਮੋਰ ਦੈਨ 90 ਡਿਗਰੀ ਜਿੰਦੇ ਵਿੱਚ ਸਿਰਫ ਇੱਕ ਹੀ ਐਂਗਲ 90 ਡਿਗਰੀ ਤੋਂ ਜ਼ਿਆਦਾ ਹੋਵੇ ਠੀਕ ਹੈ ਜਾਂ ਫਿਰ ਇਹ ਕਹਿ ਸਕਦੇ ਆ ਆਪਣੇ ਕੋਲ 90 ਤੋਂ ਜ਼ਿਆਦਾ ਤੇ 180 ਤੋਂ ਲੈਸ ਜਿੰਨੇ ਵੀ ਐਂਗਲ ਬੰਦੇ ਆ ਆਪਣੇ ਕੋਲ ਸਾਰੇ ਅਬਟੂ ਐਂਗਲ ਦੇ ਵਿੱਚ ਹੁੰਦੇ ਆ ਜਾਂ ਕਿ ਇਹ ਕਹਿ ਸਕਦੇ ਆ ਕਿ ਇੰਟੀਰੀਅਰ ਐਂਗਲ ਜਿਹੜੇ ਕੀ ਆ ਉਹਨਾਂ ਵਿੱਚੋਂ 1 ਆਫ ਦਾ ਇੰਟੀਰੀਅਰ ਐਂਗਲ ਇਜ਼ ਮੋਰ ਦੈਨ 90 ਡਿਗਰੀ ਆ ਦੇਖੋ ਆ ਵੀ ਜਿਹੜਾ ਐਂਗਲ ਹੈ ਆ ਦੋ ਐਂਗਲ ਐ 90 ਡਿਗਰੀ ਤੋਂ ਕੱਟਣਗੇ ਨਾ ਠੀਕ ਹੈ ਤੇ ਆ ਇੱਕ ਐਂਗਲ ਜਿਹੜਾ ਆ ਐਂਗਲ ਬਣ ਰਿਹਾ ਇਹ 90 ਡਿਗਰੀ ਤੋਂ ਜ਼ਿਆਦਾ ਹੋਏਗਾ ਆ ਦੋ ਐਂਗਲ ਜਿਹੜੇ ਆ ਇਹ ਆਪਣੇ ਕੋ 90 ਡਿਗਰੀ ਤੋਂ ਕੱਟ ਹੈਗੇ ਮੰਨ ਲਓ ਜਿਸ ਟ੍ਰਾਇੰਗਲ ਦੇ ਤੋ ਇੱਕ ਐਂਗਲ 90 ਡਿਗਰੀ ਤੋਂ ਜ਼ਿਆਦਾ ਤੇ ਬਾਕੀ ਦੋ ਐਂਗਲ 90 ਡਿਗਰੀ ਤੋਂ ਕੱਟਣ ਉਹ ਐਂਗਲ ਕਿਹੜੀ ਹੁੰਦੀ ਹੈ ਅਬਟਿਊ ਐਂਗਲ ਟ੍ਰਾਇੰਗਲ ਹੁੰਦੀ ਹੈ ਜਿਹਨੂੰ ਆਪਾਂ ਅਧਿਕ ਕੋਣੀ ਤਿਕੋਣ ਕਹਿੰਦੇ ਆ ਠੀਕ ਹੈ ਅਧਿਕ ਕੋਣੀ कोण इत कोण ਕਹਿੰਦੇ ਆ ਠੀਕ ਹੈ ਅਧਿਕ ਕੋਣਿਤ ਕੋਣ ਬਸ ਇਹਦੇ ਵਿੱਚ ਇੰਨਾ ਹੀ ਹੈ ਅੱਗੇ ਚੱਲੋ ਅੱਗੇ ਕੀ ਇੰਪੋਰਟੈਂਟ ਫੈਕਟਸ ਹੈ ਹੁਣ ਆਪਣੇ ਕੋਲ ਇਹ ਵੀ ਫੈਕਟਸ ਤੁਸੀਂ ਧਿਆਨ ਵਿੱਚ ਰੱਖਣੇ ਆ ਠੀਕ ਹੈ ਕਹਿੰਦਾ ਸਮ ਆਫ ਆਲ ਸਾਈਡ ਆਫ ਟ੍ਰਾਇੰਗਲ ਇਜ਼ ਕਾਲਡ ਦਾ ਪੈਰੀਮੀਟਰ ਆਫ ਦਾ ਟ੍ਰਾਇੰਗਲ ਮੰਨ ਲਓ ਆਹ ਤਿੰਨ ਸਾਈਡਾਂ ਦਿੱਤੀਆਂ ਇੱਕ ਟ੍ਰਾਇੰਗਲ ਦਿੱਤੀ ਆ ਆਪਣੇ ਕੋਲ A B C ਠੀਕ ਹੈ ਇਹਨਾਂ ਤਿੰਨਾਂ ਦਾ ਸੰਮ ਹੈ ਮੰਨ ਲਓ AB BC CA ਇਹ ਤਿੰਨਾਂ ਦਾ ਸੰਮ ਕੀ ਹੈ ਪੈਰੀਮੀਟਰ ਆਫ A ਟ੍ਰਾਇੰਗਲ ਮੰਨ ਲਓ ਤਿੰਨੇ ਪਜਾਮਾਂ ਦੇ ਜੋੜ ਨੂੰ ਆਪਾਂ ਕੀ ਕਹਿੰਦੇ ਆ ਟ੍ਰਾਇੰਗਲ ਦਾ ਪਰਿਮਾਪ ਕਹਿੰਦੇ ਆ ਠੀਕ ਹੈ ਪੈਰੀਮੀਟਰ ਆਫ A ਟ੍ਰਾਇੰਗਲ ਕਹਿੰਦੇ ਆ ਲੱਗ ਗਈ ਸਮਝ ਅਗਲਾ ਪੁਆਇੰਟ ਕੀ ਕੇ ਅੰਦਰ ਐਲਸ ਦਾ ਸਮ ਆਫ ਟੂ ਸਾਈਡ ਆਫ ਅ ਟ੍ਰਾਇੰਗਲ ਇਜ਼ ਗ੍ਰੇਟਰ ਦੈਨ ਦਾ ਥਰਡ ਸਾਈਡ ਠੀਕ ਹੈ ਇਹ ਬਹੁਤ ਇੰਪੋਰਟੈਂਟ ਫੈਕਟ ਹੈ ਠੀਕ ਹੈ ਇਹ ਇੰਪੋਰਟੈਂਟ ਫੈਕਟ ਹੈਗਾ ਇਹਨੂੰ ਤੁਸੀਂ ਧਿਆਨ ਵਿੱਚ ਰੱਖਣਾ ਕਿ ਕਿੰਦਾ ਕਿ ਦਾ ਸਮ ਆਫ ਟੂ ਸਾਈਡ ਆਫ ਅ ਟ੍ਰਾਇੰਗਲ 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 ਦੀਆਂ ਕੋਈ ਵੀ ਦੋ ਸਾਈਡਾਂ ਦਾ ਜੋੜ ਜੇਕਰ ਤੀਸਰੀ ਪੂਜਾ ਤੋਂ ਵੱਡਾ ਹੁੰਦਾ ਤਾਂ ਉਹ ਇੱਕ ਟ੍ਰਾਇੰਗਲ ਹੁੰਦੀ ਹੈ ਮੰਨ ਲਓ ਸਹੀ ਟ੍ਰਾਇੰਗਲ ਬਣਦੀ ਹੈ ਠੀਕ ਹੈ ਮੰਨ ਲਓ ਇਹਦੇ ਵਿੱਚ ਕੀ ਕਹਿੰਦਾ ਜੇਕਰ ਏ ਬੀ प्लस बी सी ग्रेटर दैन है ए बी प्लस बी सी ग्रेटर दैन है ए सी तो ठीक है जी प्लस ए सी ग्रेटर दैन है बी सी तो या बी सी प्लस ए सी ग्रेटर दैन है अपने कोलो AB ਤਾਂ ਮੰਨ ਲਓ ਕੋਈ ਵੀ ਦੋ ਸਾਈਡਾਂ ਇਹਨਾਂ ਵਿੱਚੋਂ ਕੋਈ ਵੀ ਦੋ ਸਾਈਡਾਂ ਆ ਆ ਤੇ ਆ ਇਹਦੇ ਨਾਲ ਵੱਡੀ ਹੋਵੇ ਜੇਕਰ AB BC ਤੇ AC is BC ਤੇ AC AB ਨਾਲੋਂ ਵੱਡੀ ਹੋਵੇ ਕਹਿੰਦਾ ਮਤਲਬ ਕੋਈ ਵੀ ਦੋ ਸਾਈਡਾਂ ਆਪਣੇ ਕੋਲ ਜੇਕਰ ਤੀਸਰੀ ਨਾਲੋਂ ਵੱਡੀ ਹੈ ਤਾਂ ਉਹ ਐਂਗਲ ਕਿਹੜੀ ਹੋਏਗੀ ਆਪਣੇ ਕੋਲ ਕੀ ਬਣੇਗੀ ਇੱਕ ਟ੍ਰੈਂਗਲ ਬਣ ਜਾਏਗੀ ਠੀਕ ਹੈ ਕੀ ਬਣ ਜਾਏਗੀ ਟ੍ਰੈਂਗਲ ਬਣ ਜਾਏਗੀ ਠੀਕ ਹੈ ਆ ਦੇਖੋ ਹੁਣ ਆਪਣੇ ਕੋਲ ਏ ਬੀ ਕਿੰਨੀ ਹੈ 13 ਠੀਕ ਹੈ ਤੇ ਆਪਣੇ ਕੋਲ ਬੀ ਸੀ ਕਿੰਨੀ ਹੈ 14 ਇਹ ਗ੍ਰੇਟਰ ਦੈਨ ਹੈਗੀ ਨਾ ਏ ਸੀ ਤੋਂ ਏ ਸੀ ਤਾਂ 9 ਹੀ ਹੈ ਦੇਖੋ ਇਹਨਾਂ ਦੋਵਾਂ ਨੂੰ ਜੋੜ ਕਰਾਂਗੇ 27 ਬਣਦਾ ਹੈ 27 9 ਤੋਂ ਵੱਡਾ ਨਾ ਠੀਕ ਹੈ ਪ੍ਰੂਫ ਹੋ ਗਿਆ ਨਾ ਕਹਿ ਲੈ ਮਤਲਬ ਕਿਸੇ ਵੀ ਦੋ ਪਜਾਵਾਂ ਦਾ ਜੋੜ ਜੇਕਰ ਤੀਸਰੀ ਨਾਲੋਂ ਵੱਡਾ ਹੈ ਤੋ ਉਹ ਕਿਹੜੀ ਟ੍ਰਾਇੰਗਲ ਬਣੇਗੀ ਆ ਕੀ ਬਣੇਗਾ ਆਪਣੇ ਕੋਲ ਇੱਕ ਟ੍ਰਾਇੰਗਲ ਬਣੇਗੀ ਠੀਕ ਹੈ ਦਾ ਸਮ ਆਫ ਟੂ ਸਾਈਡ ਆਫ ਅ ਟ੍ਰਾਇੰਗਲ ਇਜ਼ ਗ੍ਰੇਟਰ ਦੈਨ ਦਾ ਥਰਡ ਸਾਈਡ ਕਮਲ ਲੋ ਇੱਕ 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 ਟ੍ਰਾਇੰਗਲ ਦੀ ਪ੍ਰੋਪਰਟੀ ਹੈ ਕਿ ਇਹਦੇ ਦੋ ਪਜਾਵਾਂ ਦਾ 합 ਤੀਸਰੀ ਨਾਲ ਹਮੇਸ਼ਾ ਵੱਡਾ ਹੁੰਦਾ ਹੈ ਅੱਗੇ ਦੇਖੋ ਫੈਕਟ ਅੱਗੇ ਕਹਿੰਦਾ ਹੈ ਦ ਡਿਫਰੈਂਟ ਆਫ ਟੂ ਸਾਈਡ ਆਫ ਅ ਟ੍ਰਾਇੰਗਲ ਇਜ਼ ਲੈਸ ਦੈਨ ਦ ਥਰਡ ਸਾਈਡ ਠੀਕ ਹੈ ਕਹਿੰਦਾ ਕਿਸੇ ਵੀ ਦੋ ਪਜਾਵਾਂ ਦਾ ਠੀਕ ਹੈ ਆ ਆ ਏ ਦਿੱਤੀ ਹੈ ਵੀ ਤੇ ਆ ਸੀ ਹੈ ਠੀਕ ਹੈ ਕਹਿੰਦਾ ਕਿਸੇ ਵੀ ਦੋ ਪਜਾਵਾਂ ਦਾ 합 ਹਮੇਸ਼ਾ ਕੀ ਹੁੰਦਾ ਹੈ किसी भी दो पजावे का डिफरेंस वो तीसरी होंगे छोटा हों लो जे अपने को है, बी सी है माइनस बीसी है येगा लैस दैन हो किसी भी दो पजाविफरेंस जो जा पजाव द डिफरेंस की होएगा तीसरी होएगा हमेशा छोटा होएगा ठीक है ਹੁਣ ਆਪਾਂ ਕੀ ਕਰਦੇ ਆਂ ਆਪਾਂ ਜੇਕਰ ਦੋ ਪਜਾਮਾ ਏਬੀ ਐ ਏਬੀ ਐ ਠੀਕ ਐ bc ਕਿੰਨੀ ਐ 13 ਠੀਕ ਐ ac ਕਿੰਨੀ ਐ ਜੇ ਜੇ ਆਪਣੇ ਕੋਲ bc ਦਿੱਤੀ ਹੋਈ ਐ ab 14 ਠੀਕ ਐ ਤੇ ਆਪਣੇ ਕੋਲ b ਤੇ c ਹੈਗੀ 9 ਠੀਕ ਐ ਏ ਹੁਣ ਕੀ ਹੈ ਤੇ ਆਪਣੇ ਕੋਲ ਏਸੀ ਕਿੰਨੀ 13 ਹੁਣ ਦੇਖੋ 14 ਜ 9 ਕਿੰਨੇ ਆ 5 ਇਹ ਕੀ ਛੋਟਾ ਨਾ 13 ਨਾਲੋਂ ਠੀਕ ਹੈ ਪ੍ਰੂਫ ਹੋ ਗਿਆ ਨਾ ਕਹਿੰਦਾ ਮਤਲਬ ਕੋਈ ਵੀ ਤੁਸੀਂ ਦੋ ਪਜਾਮਾ ਲੈ ਲਓ ਉਹਨਾਂ ਦਾ ਡਿਫਰੈਂਸ ਤੀਸਰੀ ਨਾਲੋਂ ਛੋਟਾ ਹੀ ਹੋਏਗਾ ਇਹ ਐਂਗਲ ਆਪਣੇ ਕੋਲ ਟ੍ਰਾਇੰਗਲ ਦੀ ਇੱਕ ਹੋਰ ਪ੍ਰੋਪਰਟੀ ਹੈ ਠੀਕ ਹੈ ਇਹ ਜੋ ਸਮ ਹੈ ਨਾ ਆ ਜਿਹੜਾ ਦਾ ਡਿਫਰੈਂਸ ਆਫ ਟੂ ਸਾਈਡ ਆਫ ਅ ਟ੍ਰਾਇੰਗਲ ਇਜ਼ ਲੈਸ ਦਨ ਦਾ ਥਰਡ ਸਾਈਡ ਇਹ ਆਪਣਾ ਜੋ ਪੇਪਰ ਹੋਇਆ ਸੀ ਨਾ 2364 ਠੀਕ ਹੈ 2364 ਜੋ ਪੇਪਰ ਹੋਇਆ ਸੀ ਏਜਨ ਪੋਸਟ ਵਾਲਾ ਉਹਦੇ ਵਿੱਚ ਸਬ ਮ ਆਇਆ ਆ ਠੀਕ ਹੈ ਲੱਗੀ ਸਮਝ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਟ੍ਰਾਇੰਗਲ ਦੇ ਨਾਲ ਜਿੰਨੇ ਵੀ ਕਨਸੈਪਟ ਸੀ ਜੋ ਵੀ ਫਾਰਮੂਲੇ ਬੰਦੇ ਸੀ ਤੁਹਾਨੂੰ ਇਹ ਸਾਰਾ ਇੱਕ ਵੀਡੀਓ ਦੇ ਵਿੱਚ ਕਵਰ ਕਰਾ ਦਿੱਤਾ ਗਿਆ ਠੀਕ ਹੈ ਇਸ ਤੋਂ ਬਾਅਦ ਆਪਣੇ ਈਟੀਟੀ ਕੇਟਰ ਦੇ ਵਿੱਚ ਇਗਜ਼ਾਮ ਜੋ ਹੋਏਗਾ ਉਸ ਦੇ ਇਸ ਟੌਪਿਕ ਤੋਂ ਬਾਅਦ ਕੁਝ ਨਹੀਂ ਆਏਗਾ ਇਸ ਨਾਲ ਰਿਲੇਟਡ ਜੋ ਆਪਣੇ ਐਮਸੀਕਿਊਜ਼ ਹੈ ਉਹ ਆਪਾਂ ਅੱਗੇ ਕਰਾਂਗੇ ਜਿੰਨਾ ਵੀ ਇਹਦਾ ਥਿਊਰੀ ਬੇਸ ਪੋਰਸ਼ਨ ਸੀ ਆਪਾਂ ਕੰਪਲੀਟ ਕਰ ਲਿਆ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਸਾਡੇ ਚੈਨਲ ਨਾਲ ਜੁੜੇ ਰਹੋ ਜਿਨ੍ਹਾਂ ਨੇ ਹਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤਾਂ ਜੋ ਤੁਹਾਨੂੰ ਸਮੇਂ-ਸਮੇਂ ਤੇ ਆਉਣ ਵਾਲੀ ਵੀਡੀਓ ਮਿਲ ਸਕਣ ਠੀਕ ਹੈ ਜੋ ਤੁਹਾਡੇ ਐਗਜ਼ਾਮ ਨੂੰ ਕਰੈਕ ਕਰਨ ਦੇ ਲਈ ਬਹੁਤ ਹੈਲਪਫੁਲ ਹੋਣਗੀਆਂ So thank you those for watching the video. God bless you.